ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਇੰਨੀ ਦਿਨੀ ਕਾਫੀ ਚਰਚਾ ਹੋ ਰਹੀ ਹੈ। ਮਾਜਰਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੱਤੀ ਸ਼ਬਦਾਵਲੀ ਬੋਲਣ ਦਾ। ਇਹ ਸ਼ਬਦਾਵਲੀ ਵਿਰਸਾ ਸਿੰਘ ਵਲਟੋਹਾ ਨੇ ਉਸ ਸਮੇਂ ਵਰਤੀ ਜਦੋਂ ਉਹ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਏ ਗਏ ਇੱਕ ਧਰਨੇ ਦੀ ਅਗਵਾਈ ਕਰ ਰਹੇ ਸਨ ਅਤੇ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜੋ ਕਿਹਾ ਉਹ ਸੁਣਾਉਣ ਯੋਗ ਬਿਲਕੁਲ ਵੀ ਨਹੀਂ ਹੈ। ਪੰਜਾਬੀ ਚ ਮੈਂ ਕਹਿ ਲਵਾਂ ਬੀਬੀ ਤੇ ਕੋਈ ਹੈ ਨਹੀਂ ਕਿ ਜਮਾਤ ਆਏ, ਪੰਜਾਬੀ ਚ ਮੈਂ ਕਹਿ ਲਵਾਂ ਬੀਬੀ ਤੇ ਕੋਈ ਹੈ ਨਹੀਂ ਕਿ ਜਮਾਤ ਆਏ। ਉਹਨਾਂ ਨੇ ਪੁਲਿਸ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਅਕਾਲੀ ਵਰਕਰਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਕੱਲੇ ਇਕੱਲੇ ਤੋਂ ਹਿਸਾਬ ਲਿਆ ਜਾਵੇਗਾ। ਕਿਸੇ ਅਫਸਰ ਨੂੰ ਧਮਕੀ ਨਹੀਂ ਦੇਣਾ ਚਾਹੁੰਦੇ, ਕਿਸੇ ਦੇ ਕੰਮ ਚ ਦਖਲ ਅੰਦਾਜ਼ੀ ਨਹੀਂ ਦੇਣਾ ਚਾਹੁੰਦੇ, ਪਰ ਡੀਸੀ ਸਾਹਿਬ ਤੁਹਾਡੇ ਵੱਲੋਂ ਕੀਤੀ ਹੋਈ ਧੱਕੇਸ਼ਾਹੀ ਸਾਡੀ ਹਿੱਕ ਤੇ ਲਿਖੀ ਗਈ ਜੀ। ਜੇ ਤੇ ਆਉਣ ਵਾਲੇ ਸਮੇਂ ਚ ਸੱਚ ਤੇ ਚੱਲੋਗੇ, ਨਿਆਂ ਤੇ ਚੱਲੋਗੇ, ਨਿਯਮ ਅਨੁਸਾਰ ਚੱਲੋਗੇ ਤੇ ਤੁਹਾਡੀਆਂ ਤਿੰਨਾਂ ਮਹੀਨਿਆਂ ਦੀਆਂ ਕੀਤੀਆਂ ਗਲਤੀਆਂ ਮਾਫ਼, ਤੇ ਨਹੀਂ ਤੇ ਫਿਰ ਹਿਸਾਬ ਲੈ ਲੈ 2022 ਚ ਫਿਰ ਕੀ ਹੈ, ਘਰ ਦੇ ਪੋਤੜੇ ਨਹੀਂ ਖੋਲਾਂਗੇ ਤਰਨ ਤਰਨ ਦੇ ਵਿੱਚ। ਇਸ ਤੋਂ ਪਹਿਲਾਂ 7 ਫਰਵਰੀ 2017 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰੋਸੀ ਬਰਕੰਦੀ ਦਾ ਇੱਕ ਵੀਡੀਓ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਨਸ਼ਰ ਕੀਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਸ਼ਰੇਆਮ ਧਮਕੀ ਦਿੰਦੇ ਸਾਫ਼ ਨਜ਼ਰ ਆ ਰਹੇ ਸਨ। ਆਪਣੇ ਤੋਂ ਕੰਮ ਲੈ ਕੇ ਤੇ ਹੁਣ ਧੋਖਾ ਕੀਤਾ ਨਾ ਤੂੰ, ਜਿਨ੍ਹਾਂ ਨੇ ਪਾਈਪਾਂ ਪਵਾਈਆਂ ਕਰੋੜਾਂ ਦੀਆਂ, ਮੈਂ ਉੱਥੇ ਵੀ ਕਹਿ ਕੇ ਆਇਆ ਵਧਾਈਆਂ। ਮੈਂ ਕਿਹਾ ਤੂੰ ਜਾਂ ਤਾਂ ਅਰਦਾਸ ਕਰਨ ਵੀ ਅਕਾਲੀ ਦਲ ਆਵੇ ਨਾ ਤੇ ਆਹ MLA ਨਾ ਬਣੇ, ਤੇ ਮੈਂ ਕਿਹਾ ਜੇ ਮੈਂ MLA ਬਣ ਗਿਆ ਸਰਕਾਰ ਆ ਗਈ ਤੇ ਮੈਂ ਕਿਹਾ 11 ਮਗਰ ਟੋਚਨ ਪਾ ਕੇ ਖਿੱਚੂ ਸਾਰੇ। ਬਿਊਰੋ ਰਿਪੋਰਟ, ਡੇਲੀ ਪੋਸਟ ਪੰਜਾਬੀ।